ਫੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਰਾਜ ਸਾਹਿਬ, ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਜਿਸ ਦਿਨ ਪ੍ਰਸਿੱਧ ਪੱਤਰਕਾਰ, ਬੜੀ ਫੀਅਰਲੈਸ ਬਹਾਦਰ ਔਰਤ, ਕਰਨਾਟਕਾ ਦੀ ਕੰਨੜ ਜ਼ਬਾਨ ਦੀ ਲੇਖਿਕਾ ਗੌਰੀ ਲੰਕੇਸ਼ਰ ਨੂੰ ਅਸੈਸੀਨੇਟ ਕੀਤਾ ਗਿਆ, ਹਾਲਾਂ ਉਦੋਂ ਅਜੇ ਕਿਤੇ ਵੀ ਭਾਰਤ 'ਚ ਬਹੁਤੀ ਇੱਕ ਅਜੇ ਵਨ ਲਾਈਨਰ ਖਬਰ ਹੀ ਚੱਲ ਰਹੀ ਸੀ ਜੀ ਗੌਰੀ ਲੰਕੇਸ਼ ਜੀ, ਔਰ ਅਸੀਂ ਉਸੇ ਸ਼ਾਮ ਇਸ ਦੇ ਉੱਤੇ ਇੱਕ ਸੈਗਮੈਂਟ ਕੀਤਾ, ਔਰ ਹਾਲਾਂ ਮੇਰੇ ਕੋਲ ਸੀਮਤ ਜਾਣਕਾਰੀ ਸੀ, ਮੈਨੂੰ ਇੰਨਾ ਪਤਾ ਸੀ ਕਿ ਵੀ ਬੀਬੀ ਰਾਣਾ ਅਯੂਬ ਦੀ ਕਿਤਾਬ ਗੁਜਰਾਤ ਫਾਈਲਸ ਦਾ ਉਹਨੇ ਕੰਨੜ ਦੇ ਵਿੱਚ ਤਰਜਮਾ ਕੀਤਾ, ਔਰ ਉਹਨਾਂ ਦੇ ਫਾਦਰ ਵੀ ਜਿਹੜੇ ਨੇ, ਪਿਤਾ ਵੀ, ਜਿਨ੍ਹਾਂ ਨੇ ਕਿ ਉਹ ਮੈਗਜ਼ੀਨ ਸ਼ੁਰੂ ਕੀਤਾ ਸੀ ਕੰਨੜ ਜ਼ਬਾਨ ਦਾ, ਫਿਲਮ ਮੇਕਰ ਵੀ ਸੀ, ਬੜੇ ਮਸ਼ਹੂਰ ਔਥਰ ਸੀ ਜੀ। ਪਰ ਹੁਣ ਜਿਉਂ ਜਿਉਂ ਇਹ ਗੱਲ ਸਾਰੇ ਪਾਸੇ ਆਈ, ਪਿਛਲੇ ਦਿਨਾਂ ਦੀਆਂ ਖਬਰਾਂ ਹੀ ਇਹ ਨੇ ਕਿ ਦਿੱਲੀ ਤੋਂ ਲੈ ਕੇ ਕੇਰਲਾ ਤੱਕ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਈਵਨ ਲੋਕਲ ਪੱਤਰਕਾਰ ਵੀ ਨੇ, ਇਮਾਨਦਾਰ ਟਰੂਲੀ ਸੈਕੂਲਰ ਕਿਸਮ ਦੇ ਲੋਕ ਜਿਹੜੇ ਸਮਝਦੇ ਨੇ ਕਿ ਇਹ ਹਿੰਦੂਤਵਾਦੀ ਵਿਚਾਰਧਾਰਾ ਵਾਲਿਆਂ ਨੇ ਕਿਵੇਂ ਹਿੰਸਾ ਦਾ ਸਹਾਰਾ ਲੈ ਕੇ ਵਿਰੋਧ ਦੀ ਆਵਾਜ਼ ਨੂੰ ਬਿਲਕੁਲ ਬੰਦ ਕਰਨ ਦੇ ਲਈ ਹੱਤਿਆਵਾਂ ਦਾ ਸਿਲਸਿਲਾ, ਮਰਡਰਸ ਦਾ ਸਿਲਸਿਲਾ ਸ਼ੁਰੂ ਕੀਤਾ, ਔਰ ਪਿਛਲੇ 4 ਸਾਲ ਦੇ ਵਿੱਚ ਪਹਿਲੇ 3 ਮਰਡਰ ਪਾਨਸਰੇ, ਕੁਲਬੁਰਗੀ ਔਰ ਦਾਬੋਲਕਰ ਜਿਹੜੇ ਮਹਾਰਾਸ਼ਟਰਾ 'ਚ ਹੋਏ, ਆਲਰੇਡੀ ਕਰਨਾਟਕਾ 'ਚ ਔਰ ਉਸ ਬੈਲਟ ਦੇ ਵਿੱਚ ਹੀ, ਔਰ ਇਹ ਤਿੰਨੋਂ ਹੀ ਜਿਹੜੇ ਪਹਿਲਾਂ ਨੇ ਬੜੇ ਚੈਲੇਂਜਿੰਗ, ਜਿਹੜੇ ਕਿ ਹਿੰਦੂਤਵਾਦੀ ਆਈਡੀਓਲੋਜੀ ਨੂੰ ਚੈਲੇਂਜ ਕਰਨ ਵਾਲੇ, ਇਹਨਾਂ ਦੇ RSS ਦੀ ਜਿਹੜੀ ਬਿਲਕੁਲ ਵਨ ਨੇਸ਼ਨ ਵਨ ਰੇਸ ਵਨ ਲੀਡਰ ਇਸ ਵਿਚਾਰਧਾਰਾ ਨੂੰ ਚੈਲੇਂਜ ਕਰਨ ਵਾਲੇ, ਔਰ ਇਸੇ ਤਰ੍ਹਾਂ ਹੀ ਇਹ ਬੀਬੀ ਗੌਰੀ ਜਿਹਨੇ ਆਪਣੇ ਅਖੀਰਲਾ ਟਵੀਟ ਵੀ ਜਿਹੜਾ ਸੀ ਉਹਦੇ 'ਚ ਉਹਨੇ ਰੋਹਿੰਗੀਆ ਮੁਸਲਮਾਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਇਹ ਕਿਹਾ ਵੀ ਇਹਨਾਂ ਨੂੰ ਤੁਸੀਂ ਕਿਵੇਂ ਬਾਹਰ ਕੱਢ ਸਕਦੇ ਹੋ ਮੁਲਕ ਤੋਂ, ਔਰ ਲਗਾਤਾਰਤਾ ਨਾਲ ਬਹਾਦਰੀ ਦੇ ਨਾਲ ਉਹ ਖਲੋਦੀ ਸੀ ਹਰ ਇਸ਼ੂ ਦੇ ਉੱਤੇ, ਔਰ ਮੈਂ ਦੇਖ ਰਿਹਾ ਸੀ ਵੀ ਕਨ੍ਹਈਆ ਕੁਮਾਰ ਜਿਹੜਾ ਕਿ ਦਿੱਲੀ 'ਚ ਜਿਹਨੂੰ JNU ਦੇ ਵਿੱਚ ਕਿਵੇਂ ਹਿਊਮੀਲੇਟ ਕੀਤਾ ਗਿਆ, ਇੱਕ ਸਟਾਰ ਬਣ ਕੇ ਉਭਰਿਆ, ਉਹਦੇ ਨਾਲ ਉਹਨੇ ਫੋਟੋ ਲਵਾ ਕੇ ਔਰ ਇੱਕ ਦਲਿਤ ਵਿਦਿਆਰਥੀ ਨਾਲ ਆਪਣੇ ਫੇਸਬੁੱਕ 'ਤੇ ਪਾਈ, ਔਰ ਇਹ ਜਿਹੜਾ ਬੀਬੀ ਗੌਰੀ ਦਾ ਮਰਡਰ ਹੈ ਇਹਨੇ ਇੱਕ ਵਾਰੀ ਸਭ ਨੂੰ ਹਲੂਣ ਕੇ ਰੱਖ ਦਿੱਤਾ। ਪਰ ਤੁਸੀਂ ਜਦੋਂ ਇੱਕ ਪਾਸਾ ਤਾਂ ਮਜ਼ਲੂਮ ਦੀ ਕਹਾਣੀ ਹੈ, ਇੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਜਿਹਨਾਂ ਦੇ ਵਿੱਚ ਪ੍ਰਮੁੱਖ ਈਵਨ ਯਾਦਵ ਵਰਗਾ ਪੱਤਰਕਾਰ ਰਵੀਸ਼ ਕੁਮਾਰ ਜਿਹੜਾ ਉਹਦੇ ਲਈ ਕਵਰ ਕਰ ਰਿਹਾ ਇਸ ਨੂੰ ਐਨ ਕੀ ਚੈਨਲ ਹੈਗਾ NDTV, ਹਾਂ ਉਸ ਦੇ ਲਈ, ਔਰ ਤੁਸੀਂ ਉਹ ਡਰ ਜਿਹਨਾਂ ਨੂੰ ਪੁੱਛ ਰਿਹਾ ਉਹ ਬਹੁਤ ਸਾਰੀਆਂ ਬੀਬੀਆਂ ਪੱਤਰਕਾਰ ਨੇ, ਤੁਸੀਂ ਉਹ ਖੌਫ ਉਹ ਡਰ ਦੇਖ ਸਕਦੇ ਹੋ, ਔਰ ਈਵਨ ਸ਼ਬਾਨਾ ਆਜ਼ਮੀ ਜਿਹੜੀ ਕਿ ਬੜੀ ਸੀਜ਼ਨਡ ਐਕਟਿਵਿਸਟ ਵੀ ਹੈ ਐਕਟਰ ਵੀ ਹੈ, ਉਹ ਜਦੋਂ ਇੱਕ ਪੈਨਲ ਡਿਸਕਸ਼ਨ ਸੀ ਤਾਂ ਮੈਂ ਉਹ ਹਾਰਰ ਔਰ ਖੌਫ ਦੇਖ ਰਿਹਾ ਸੀ, ਕਿਉਂਕਿ ਇੱਕ ਸਵਾਲ ਹੈ ਕਿ ਹੂ ਵਿਲ ਬੀ ਨੈਕਸਟ, ਅੱਗੋਂ ਕਿਹਦੀ ਵਾਰੀ ਹੋਏਗੀ, ਔਰ ਇਸ ਸਾਰੇ ਨੂੰ ਕਿਵੇਂ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਲਗਾਤਾਰਤਾ ਨਾਲ ਕਿ ਕਿਵੇਂ ਮੋਦੀ ਔਰ RSS ਨੇ ਪੇਡ ਲੋਕ ਟਵਿੱਟਰ 'ਤੇ ਬਿਠਾਏ ਹੋਏ ਨੇ, ਸੋਸ਼ਲ ਮੀਡੀਆ 'ਤੇ ਬਿਠਾਏ ਹੋਏ ਨੇ, ਮੇਨ ਸਟ੍ਰੀਮ ਮੀਡੀਆ ਸਾਰਾ ਇਹਨਾਂ ਨੇ ਕਾਬੂ ਕੀਤਾ ਹੋਇਆ, ਔਰ ਕਿਵੇਂ ਫੇਕ ਨਿਊਜ਼ ਕ੍ਰੀਏਟ ਕਰਦੇ ਨੇ, ਇਸ ਲਈ ਈਵਨ ਮੋਦੀ ਦਾ ਨਾਂ ਹੀ ਫੇਕੂ ਰੱਖਿਆ ਹੋਇਆ ਜਿਹੜੇ ਚੈਲੇਂਜ ਕਰਨ ਵਾਲੇ ਨੇ, ਵੀ ਪੂਰਾ ਉਹਨਾਂ ਦੇ ਟਵਿੱਟਰ ਹੈਂਡਲ ਨੇ ਜਿੱਥੋਂ ਫੇਕ ਨਿਊਜ਼ ਜਨਰੇਟ ਕਰਦੇ ਨੇ, ਫਿਰ ਉਹਨਾਂ ਦਾ ਹੈ ਵੀ ਉਹਨੂੰ ਕਿਵੇਂ ਉਹਨਾਂ ਨੇ ਪ੍ਰਮੋਟ ਕਰਨਾ, ਜਦੋਂ ਤੱਕ ਉਹਦੀ ਡਿਨਾਇਲ ਜਾਂ ਹੁੰਦਾ ਆਲਰੇਡੀ ਉਹਨੇ ਆਪਣਾ ਅਸਰ ਕਰ ਦਿੱਤਾ ਹੁੰਦਾ।
ਸੋ ਇਸ ਸਾਰੇ 'ਚ ਵੀ ਈਵਨ ਜਦੋਂ ਇੱਕ ਆਮ ਸਾਡੀ ਰਵਾਇਤ ਹੈ ਉਸ ਖਿੱਤੇ ਦੀ ਇਹਨਾਂ ਦੀ ਤਾਂ ਉਸ ਤੋਂ ਵੀ ਜ਼ਿਆਦਾ ਹੈ, ਅਤੇ ਜਿਉਂਦੇ ਜੀ ਵੀ ਕਦੇ ਕਿਸੇ 'ਤੇ ਮੱਡ ਸਲਿੰਗਿੰਗ 'ਚ ਯਕੀਨ ਨਹੀਂ ਰੱਖਦੇ, ਪਰ ਸਾਡੇ ਜ਼ਰੂਰ ਕਹਿੰਦੇ ਨੇ ਕਿ ਭਾਈ ਜਦੋਂ ਕੋਈ ਮਰ ਜਾਂਦਾ ਉਸ ਦਾ ਦੇ ਲਈ ਤੁਸੀਂ ਜਿਹੜੇ ਉਹਦੀ ਕੋਈ ਕਮਜ਼ੋਰ ਗੱਲ ਵੀ ਸੀ ਉਹ ਨਹੀਂ ਕਹਿੰਦੇ ਕਿ ਵੀ ਮਰਿਆਂ ਨੂੰ ਤੁਸੀਂ ਨਹੀਂ ਨਿੰਦਦੇ, ਪਰ ਅਜੇ ਉਹਦੀ ਡੈੱਡ ਬਾਡੀ ਉਸੇ ਤਰ੍ਹਾਂ ਹੀ ਵਾਰਮ ਹੋਏਗੀ ਗੋਲੀਆਂ ਨਾਲ ਛਲਣੀ ਜਿਹਨੂੰ 5 ਗੋਲੀਆਂ ਨਾਲ ਮਾਰਿਆ ਗਿਆ, ਕਿ ਜਿਵੇਂ ਇਹਨੂੰ ਸੈਲੀਬ੍ਰੇਟ ਕੀਤਾ ਇਹਨਾਂ ਹਿੰਦੂ ਤਵੀਆਂ ਨੇ ਸੋਸ਼ਲ ਮੀਡੀਆ 'ਤੇ, ਜਿਵੇਂ ਇਹਨੂੰ ਜਸਟੀਫਾਈ ਕੀਤਾ। ਔਰ ਇੱਕ ਟਵਿੱਟਰ ਯੂਜ਼ਰ ਜੇ ਇਸ ਨੂੰ ਮੋਦੀ ਫੋਲੋ ਕਰਦਾ ਉਹ ਲਿਖਦਾ ਹੈ ਚੇਸਟ ਹਿੰਦੀ ਦੇ ਵਿੱਚ, ਕੁੱਤੀਆ ਮਰ ਗਈ ਔਰ ਅਬ ਉਸਕੇ ਪਿੱਲੇ ਕੈਸੇ ਬਿਲਖ ਰਹੇ, ਕਿ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹ ਉਹਦੇ ਬੱਚੇ ਨੇ ਕੁੱਤੀ ਦੇ, ਔਰ ਉਹ ਇਹ ਔਰ ਇਹ ਇੱਕ ਐਸਾ ਹਰਟ ਕਰਨ ਵਾਲਾ ਹੈ। ਔਰ ਇਹ ਨਹੀਂ ਹੈ ਇੱਕ ਦਾ, ਮੈਂ ਇੱਕ ਸਟੋਰੀ ਜਿਹੜੀ ਹੈ ਉਹ ਕੱਢੀ ਹੈ ਕਿ ਵੀ ਜਿਹਦੇ 'ਚ ਇਹ ਕਰਨਿਕਾ ਕੋਹਲੀ ਦੀ ਸਟੋਰੀ ਹੈ, ਗੌਰੀ ਲੰਕੇਸ਼ ਅਸੈਸੀਨੇਸ਼ਨ ਹਾਊ ਦਾ ਰਾਈਟ ਵਿੰਗ ਇਜ਼ ਟਰਾਇੰਗ ਟੂ ਸਪਿਨ ਦਾ ਨੈਰੇਟਿਵ, ਕਿ ਉਹ ਕਿਵੇਂ ਸਪਿਨ ਦੇ ਰਹੇ ਨੇ, ਔਰ ਉਹਦੇ 'ਚ ਉਹਨਾਂ ਨੇ ਇਸ ਸਾਰੇ ਨੂੰ ਕਿ ਵੀ ਕਿਵੇਂ ਉਹਨਾਂ ਦੇ ਜਿਹੜੇ ਨੇ, ਇੱਕ ਨੇ ਲਿਖਿਆ ਉਹਨਾਂ ਦੀ ਟਵੀਟਡ ਆਸ਼ੀਸ਼ ਮਿਸ਼ਰਾ ਨੇ, ਜੈਸੀ ਕਰਨੀ ਵੈਸੀ ਫਰਨੀ, ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਕਿ ਜੀ ਇਹ ਉਹਨੂੰ ਉਹਦੇ ਕੀਤੇ ਦੀ ਸਜ਼ਾ ਮਿਲੀ। ਔਰ ਇਹ ਜਿਹੜੀ ਹੁਣ ਲਿਖਣ ਵਾਲੀ ਹੈ ਮਿਸ਼ਰਾ, ਇਹਨੂੰ ਆਈਟੀ ਮਿਨਿਸਟਰ ਰਵੀ ਸ਼ੰਕਰ ਪ੍ਰਸਾਦ ਟਵਿੱਟਰ 'ਤੇ ਫੋਲੋ ਕਰਦੇ। ਇੱਕ ਹੋਰ ਨੇ ਹਿੰਦੂ ਨੈਸ਼ਨਲਿਸਟ ਦੇ ਨਾਂ ਥੱਲੇ ਜਿਹੜਾ ਮੈਂ ਕਮੈਂਟ ਕਿਹਾ ਕਿ ਵੀ ਇਹ ਕੁੱਤੀਆ ਕੁੱਤੇ ਕੀ ਮੌਤ ਕਿਆ ਮਰੀ, ਸਾਰੇ ਪਿੱਲੇ ਏਕ ਸੁਰ ਮੇਂ ਬਿਲ ਬਿਲਾ ਰਹੇ, ਇਹ ਉਹਦਾ ਕਮੈਂਟ ਹੈ ਔਰ ਇਹ ਅੰਗਰੇਜ਼ੀ 'ਚ ਉਹਨੇ ਉਹਦਾ ਟਰਾਂਸਲੇਸ਼ਨ ਦਿੱਤਾ। ਔਰ ਸਟਿਲ ਮੋਦੀ ਜਿਹੜਾ ਇਹਨੂੰ ਫੋਲੋ ਕਰ ਰਿਹਾ, ਜਦੋਂ ਤੁਸੀਂ ਫੋਲੋ ਕਰਦੇ ਹੋ। ਔਰ ਇਹੀ ਇੱਕ JNU ਦੇ ਉੱਤੇ ਜਦੋਂ ਇਹ ਲਿਖਣ ਵਾਲੇ ਇੱਕ ਹੋਰ ਨੇ ਕਮੈਂਟ ਕੀਤਾ, ਗੋਡ ਹੈਡ ਏ ਡਿਫਰੈਂਟ ਪਲੈਨ ਫੋਰ ਦੈਮ, ਕਿ ਉਹਦੇ 'ਚ ਉਹਨੇ ਫੋਟੋ ਪਾਈ ਹੈ ਜਿਹਦੇ 'ਚ ਕਿ ਕਨ੍ਹੱਈਆ ਕੁਮਾਰ ਔਰ ਉਮਰ ਖਾਲਿਦ ਨੇ ਗੌਰੀ ਦੇ ਨਾਲ, ਉਹਨਾਂ ਨੇ ਕਿਹਾ ਜੀ ਗੋਡ ਹੈਡ ਏ ਡਿਫਰੈਂਟ ਪਲੈਨ, ਕਿ ਜੀ ਜਿਵੇਂ ਗੋਡ ਹੈਡ ਏ ਡਿਫਰੈਂਟ ਪਲੈਨ ਫੋਰ ਗਰੁੱਪ ਆਫ ਭਾਰਤ ਤੇਰੇ ਟੁਕੜੇ ਹੋਣਗੇ, ਕਿ ਵੀ ਇਹ ਜਿਹੜੇ ਇਹ ਇਕੱਠੇ ਨੇ ਕਨ੍ਹੱਈਆ ਕੁਮਾਰ ਔਰ ਇਹ ਤਾਂ ਭਾਰਤ ਦੇ ਟੁਕੜੇ ਹੋਣ ਵਾਲੇ ਸੀ, ਪਰ ਰੱਬ ਨੇ ਉਹਨੂੰ ਚੁੱਕ ਦਿੱਤਾ। ਐਂਟਾਈ ਨੈਸ਼ਨਲਸ ਆਲਵੇਜ਼ ਰਿਮੇਨ ਕਲੋਜ਼ ਟੂ ਟੈਰਰਿਸਟ, ਨੀਡ ਇਨਵੈਸਟੀਗੇਸ਼ਨ, ਉਹਨਾਂ ਨੇ ਕਿਹਾ ਜਿਹੜੇ ਦੇਸ਼ ਵਿਰੋਧੀ ਨੇ ਹਮੇਸ਼ਾ ਦਹਿਸ਼ਤਗਰਦ ਦੇ ਨੇੜੇ ਰਹਿਣਗੇ। ਮਤਲਬ ਇਹ ਹੈ ਕਿ ਜਿਹੜਾ ਸਾਡੇ ਖਿਲਾਫ਼ ਕੋਈ ਲਿਖੇਗਾ ਉਸ ਨੂੰ ਅਸੀਂ ਜਿਉਣ ਨਹੀਂ ਦਿਆਂਗੇ। ਔਰ ਫਿਰ ਇਸ ਸਾਰੇ ਦੇ ਵਿੱਚ ਉਹਨੇ ਬੀਬੀ ਨੇ ਜਾਗ੍ਰਿਤੀ ਸ਼ੁਕਲਾ ਨਾਂ ਦੀ ਜਿਹੜੀ ਹੈ ਉਹਨੇ ਲਿਖਿਆ, ਸੋ ਆਰ ਦਾ ਕੌਮੀਜ ਗੋਇੰਗ ਟੂ ਕਿਲ ਮੀ ਜਸਟ ਲਾਈਕ ਦੇ ਅਲੈਜਲੀ ਕਿਲਡ ਗੌਰੀ ਸ਼ੰਕਰ, ਗੌਰੀ ਲਾਕੇਸ਼, ਰੇਪ ਥਰੈਟਸ, ਡੈਥ ਥਰੈਟਸ, ਵਟ ਮੋਰ ਯੂ ਗੋਟ, ਇਹ ਉਹਨੂੰ ਜਸਟੀਫਾਈ ਕਰ ਰਹੀ ਹੈ ਕਿ ਮੈਂ। ਔਰ ਇਹ ਉਹ ਹੈ ਜਿਹਨੇ ਇਹ ਕਿਹਾ ਕਿ ਵੀ ਲੰਕੇਸ਼ ਹੈਜ਼ ਬਿਨ ਮਰਡਰਡ ਮਰਸੀਲੈਸਲੀ, ਯੋਰ ਡੀਡਸ ਆਲਵੇਜ਼ ਕਮ ਬੈਕ ਟੂ ਹੌਂਟ ਯੂ, ਦੇ ਸੇ ਆਮੀਨ, ਉਹਨੇ ਕਿਹਾ ਜੀ ਮਰ ਗਈ ਹੈ ਅਤੇ ਜਿਹੜੇ ਤੁਸੀਂ ਕਰਦੇ ਹੋ ਕੰਮ ਉਹੀ ਤੁਹਾਨੂੰ ਉਹਦਾ ਨਤੀਜਾ ਭੁਗਤਣਾ ਪੈਂਦਾ, ਔਰ ਇਹ ਕਹਿ ਕੇ ਜਸਟੀਫਾਈ ਕਰ ਰਹੀ ਹੈ। ਫਿਰ ਔਰ ਉਹਨੇ ਕਿਹਾ ਕਿ ਵੀ ਵਿਸ਼ਵੇਸ਼ਵਰ ਭੱਟ, ਐਡੀਟਰ ਇਨ ਚੀਫ ਆਫ ਵਿਸ਼ਨੂੰ ਮੰਤਰੀ ਡੇਲੀ ਐਂਡ ਆਥਰ ਆਫ ਮਲਟੀਪਲ ਬੁੱਕਸ ਐਟ ਨਕਸਲ ਸਿੰਪੇਥਾਈਜ਼ਰ ਐਂਡ ਸੀਨੀਅਰ ਜਰਨਲ ਨਕਸਲ ਸਿੰਪੇਥਾਈਜ਼ਰ ਐਂਡ ਸੀਨੀਅਰ ਜਰਨਲਿਸਟ ਗੌਰੀ ਲੰਕਰ ਸ਼ਾਰਟ ਡੈਡ ਐਟ ਹਰ ਰੈਜੀਡੈਂਸ ਇਨ ਬੈਂਗਲੌਰੂਜ਼, ਮਤਲਬ ਉਹਨੂੰ ਨੈਰੇਟਿਵ ਇਹ ਬਣਾ ਰਹੇ ਨੇ ਕਿ ਜੀ ਇਹ ਨਕਸਲਵਾਦੀ ਮਾਓਵਾਦੀ ਐਂਟਾਈ ਨੇਸ਼ਨ ਸੀ, ਇਹ ਉਹਨਾਂ ਨੇ ਕਿਤੇ ਮਾਰ ਮੋੜ ਦਿੱਤਾ। ਔਰ ਟ੍ਰੈਜਿਕ ਡੈਥ ਆਫ ਗੌਰੀ ਸ਼ੰਕਰ, ਡਿਡ ਪੋਲੀਟਿਕਸ ਲੀਡ ਟੂ ਮਰਡਰ ਔਰ ਮਰਡਰ ਲੀਡ ਟੂ ਪੋਲੀਟਿਕਸ, ਇਹ ਇੱਕ ਹੋਰ ਜਿਹੜੀ ਹੈ ਉਹਨੂੰ
ਸਵਪਨ ਦਾਸ ਗੁਪਤਾ ਇਹ ਕਹਿ ਰਹੀ ਹੈ ਕਿ ਜੀ ਇਹ ਸਿਆਸਤ ਕਰਕੇ ਮਰਡਰ ਹੋਇਆ ਕਿ ਮਰਡਰ ਕਰਕੇ ਮਰਡਰ ਤੇ ਸਿਆਸਤ ਹੋ ਰਹੀ ਹੈ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਉਹਨਾਂ ਦੇ ਕਾਮੈਂਟ ਨੇ, ਮੈਂ ਹੁਣ ਵਕਤ ਸੀਮਾ ਵੀ ਦੇਖ ਰਿਹਾ। ਔਰ ਇਸ ਦੇ ਨਾਲ ਈਵਨ ਇਹ ਨਹੀਂ ਹੈ ਕਿ ਇਹ ਸਿਰਫ ਕੋਈ ਟਵਿੱਟਰ ਤੇ ਜਾਂ ਸੋਸ਼ਲ ਹੈਂਡਲ ਤੇ ਬੈਠੇ ਕੁਛ ਲੋਕ ਨੇ, ਉਹਦੇ ਨਾਲ ਅਸੀਂ ਦੇਖਦੇ ਹਾਂ ਕਿ ਇੱਕ ਬੀਜੇਪੀ ਦਾ ਮਿਨਿਸਟਰ ਜਿਹੜਾ ਕਰਨਾਟਕਾ 'ਚ ਰਿਹਾ 5 ਸਾਲ, ਉਹਨੇ ਇਹ ਕਾਮੈਂਟ ਕੀਤਾ। ਉਹਨੇ ਕਿਹਾ ਜੀ ਕਿ ਵੀ RSS ਦੀ ਮੌਤ ਦੇ ਬੰਦਿਆਂ ਦੀ ਮੌਤ 'ਤੇ ਜਸ਼ਨ ਜੇ ਨਾ ਲਿਖਿਆ ਹੁੰਦਾ ਤਾਂ ਅੱਜ ਗੌਰੀ ਲੰਕੇਸ਼ ਜਿਉਂਦੀ ਹੁੰਦੀ। ਹੁਣ ਇਹ ਉਹਨੇ ਉੱਥੇ ਵਰਕਰਾਂ ਨੂੰ ਕਿਹਾ, ਉਹਨੇ ਕਿਹਾ ਜੀ ਇਹ RSS ਦੇ ਖਿਲਾਫ਼ ਲਿਖਦੀ ਸੀ, ਜੇ ਨਾ ਲਿਖਦੀ ਤਾਂ ਇਹ ਜਿਉਂਦੀ ਹੁੰਦੀ। ਔਰ ਈਵਨ ਟ੍ਰਿਬਿਊਨ ਦਾ ਇਸ ਦੇ ਉੱਤੇ ਇੱਕ ਪੂਰਾ ਐਡੀਟੋਰੀਅਲ ਹੈ, ਵਾਈ ਗੌਰੀ ਲੰਕੇਸ਼ ਵਾਜ਼ ਕਿਲਡ, ਹਰੀਸ਼ ਖਾਰੇ ਦੀ। ਔਰ ਉਹਦੇ 'ਚ ਉਹਨੇ ਲੰਬਾ ਚੌੜਾ ਹੈ, ਵਕਤ ਨਹੀਂ ਹੈ ਮੇਰੇ ਪੜ੍ਹਨ ਦਾ, ਪਰ ਅਖੀਰਲੇ ਪਹਿਰੇ 'ਚ ਉਹਨਾਂ ਨੇ ਕਿਹਾ ਕਿ ਇਨ ਦਾ ਮਾਡਰਨ ਟਾਈਮਸ ਦਾ ਆਟੋਕ੍ਰੇਟ ਹੈਜ਼ ਇਨ ਵਾਕ ਦਾ ਸਪੋਰਟ ਐਂਡ ਐਂਡੋਰਸਮੈਂਟ ਆਫ ਮਾਸਿਸ ਐਜ ਏ ਲਾਈਸੈਂਸ ਟੂ ਲਿਕੁਇਡੇਟ ਦਾ ਐਨਮੀ ਆਫ ਦਾ ਪੀਪਲ ਔਰ ਐਨੀ ਵਨ ਹੂ ਇਜ਼ ਡੀਮ ਟੂ ਸਟੈਂਡ ਇਨ ਦਾ ਵੇ ਆਫ ਪ੍ਰੋਗਰੈਸ। ਉਹਨਾਂ ਨੇ ਕਿਹਾ ਜੀ ਇਹਨਾਂ ਨੇ ਨੈਰੇਟਿਵ ਪ੍ਰੋਗਰੈਸ ਔਰ ਐਨਮੀ ਆਫ ਦਾ ਨੇਚਰ ਬਣਾ ਦਿੱਤਾ, ਜਿਹੜਾ ਉਹਨਾਂ ਨੂੰ ਲੱਗਦਾ ਵੀ ਰਾਜ ਖਲੋਤਾ ਉਹਨੂੰ ਉਡਾ ਦਿਓ। ਐਂਡ ਨਾਓ ਇਨ ਦਿਸ ਡਿਜੀਟਲ ਏਜ ਦਾ ਨਿਊ ਇੰਟਰੂਸਿਵ ਟੈਕਨੋਲੋਜੀ ਹੈਜ਼ ਗਿਵਨ ਦਾ ਓਵਰਸੀਅਰਸ ਆਫ ਨਿਊ ਇੰਡੀਆ ਏ ਸੈਂਸ ਆਫ ਰੋਬਸਟ ਐਮਪਾਵਰਮੈਂਟ ਅਬਾਊਟ ਦੇਅਰ ਐਬਿਲਿਟੀ ਟੂ ਕੈਲੀਬਰ ਇਵੈਂਟਸ ਐਂਡ ਕੰਟਰੋਲ ਇੰਡੀਵਿਜੁਅਲਸ ਇਨ ਈਵਨ ਡਿਸਟੈਂਟ ਪਲੇਸਿਸ। ਲਿਟਲ ਵੋਇਸਿਸ ਲਾਈਕ ਦੈਟ ਆਫ ਗੌਰੀ ਲੰਕੇਸ਼ ਵਿਲ ਨਾਟ ਬੀ ਅਲਾਊਡ ਟੂ ਡਿਫਾਈ, ਦੈਟ ਇਜ਼ ਵਾਈ ਸ਼ੀ ਹੈਡ ਟੂ ਬੀ ਕਿਲਡ। ਕਿ ਵੀ ਅੱਜ ਜਿਹਨਾਂ ਦੇ ਹੱਥ 'ਚ ਪਾਵਰ ਹੈ ਉਹਨਾਂ ਨੇ ਡਿਜੀਟਲ ਰਾਹੀਂ ਵੀ ਜਿੱਥੇ ਕੋਈ ਬੈਠਾ ਹੈ ਉਹਦਾ ਕੰਟਰੋਲ ਉਹਨਾਂ ਨੇ ਲੈ ਲਿਆ ਔਰ ਉਹਨਾਂ ਨੇ ਇਹ ਡਿਕਲੇਅਰ ਕਰ ਦਿੱਤਾ ਕਿ ਕੋਈ ਵੀ ਆਵਾਜ਼ ਭਾਵੇਂ ਜਿੰਨੀ ਮਰਜ਼ੀ ਛੋਟੀ ਆਵਾਜ਼ ਹੋਏ, ਲਿਟਲ ਵੋਇਸ ਜਿਵੇਂ ਗੌਰੀ ਲੰਕੇਸ਼ ਦੀ ਸੀ, ਵਿਲ ਨਾਟ ਬੀ ਅਲਾਊਡ ਟੂ ਡਿਫਾਈ, ਕਿ ਉਹਨਾਂ ਨੂੰ ਇਹ ਆਗਿਆ ਨਹੀਂ ਹੋਏਗੀ ਕਿ ਉਹ ਸਾਡੇ ਖਿਲਾਫ਼ ਕੁਛ ਕਹਿ ਸਕਣ। ਦੈਟ ਇਜ਼ ਵਾਈ ਸ਼ੀ ਹੈਡ ਟੂ ਬੀ ਕਿਲਡ, ਔਰ ਇਸ ਲਈ ਉਸ ਨੂੰ ਮਾਰਿਆ ਗਿਆ। ਔਰ ਇਹਦੇ 'ਚ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹਿਣੀ ਚਾਹੁੰਦਾ ਔਰ ਆਪਣੀ ਇਸ ਹਫ਼ਤੇ ਦੀ ਅੱਜ ਦੀ ਲਿਖਤ ਦੇ ਵਿੱਚ ਵੀ ਮੈਂ ਕਹੀ ਹੈ ਕਿ ਜਦੋਂ ਜੂਨ 84 ਨਵੰਬਰ 84 ਵਾਪਰਿਆ, ਅਸੀਂ ਹਮਦਰਦੀ ਕਰਦੇ ਹਾਂ ਬੀਬੀ ਗੌਰੀ ਨਾਲ, ਔਰ ਮੈਂ ਪਹਿਲੇ ਸੈਗਮੈਂਟ 'ਚ ਹੀ ਇਸ ਨੂੰ ਕੰਡੈਮ ਕੀਤਾ ਸੀ। ਬਾਕੀ ਅਸੀਂ ਜਿਹੜੇ ਕਰੇਜ ਦੇ ਨਾਲ ਮੀਡੀਆ ਖਲੋਤਾ ਇਸ ਦੇ ਖਿਲਾਫ਼, ਉਹਨਾਂ ਦੀ ਵੀ ਹੌਸਲੇ ਦੀ ਦਾਤ ਦਿੰਦੇ ਹਾਂ ਔਰ ਹਮੇਸ਼ਾ ਸਾਡੀ ਮਦਦ ਰਹੇਗੀ। ਪਰ ਇੱਕ ਸਵਾਲ ਅਸੀਂ ਜ਼ਰੂਰ, ਇੱਕ ਪਾਸੇ ਤੋਂ ਮੁੱਖ ਧਾਰਾ ਮੀਡੀਆ ਜਿਹੜਾ ਪਹਿਲਾਂ ਥੋੜ੍ਹਾ ਬਹੁਤ ਭਾਵੇਂ ਆਜ਼ਾਦ ਵੀ ਸੀ, ਉਹ ਮੋਦੀ ਦੀ ਬੈਂਡ ਵੈਗਨ 'ਤੇ ਚੜ੍ਹ ਗਏ, ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜੇ ਮੀਡੀਆ ਜਿਹੜਾ ਅੱਜ ਭਾਵੇਂ ਮੁੱਖ ਧਾਰਾ ਹੋਏ ਜਾਂ ਸਾਈਡ ਧਾਰਾ ਹੋਏ, ਜੇ ਜੂਨ 84 ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ, ਜਸਵੰਤ ਸਿੰਘ ਖਾਲੜਾ ਵਰਗੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਨੂੰ ਐਲੀਮੀਨੇਟ ਕਰਨਾ, ਕੁਲਵੰਤ ਸਿੰਘ ਸੈਣੀ ਉਹਦੀ ਵਾਈਫ ਉਹਦੇ ਬੱਚੇ ਨੂੰ ਗਾਇਬ ਕਰਨਾ ਜਿਹੜਾ ਮਨੁੱਖੀ ਹੱਕਾਂ ਲਈ ਕੰਮ ਕਰਦਾ ਸੀ, ਉਦੋਂ ਇਹੀ ਮੀਡੀਆ ਜਿਹੜੀ ਇੰਡੀਅਨ ਸਟੇਟ ਦੀ ਵਰਜਨ ਸੀ ਕਿ ਦਹਿਸ਼ਤਗਰਦ ਖਾਲਿਸਤਾਨੀ ਉਹਨਾਂ ਨੂੰ ਬੜੀਆਂ ਬੜੀਆਂ ਸੁਰਖੀਆਂ ਦੇ ਨਾਲ ਛਾਪਦਾ ਰਿਹਾ। ਜੇ ਜੂਨ 84 ਨਵੰਬਰ 84 'ਚ ਮੀਡੀਆ ਇਮਪਾਰਸ਼ਲ ਹੁੰਦਾ, ਸਟੇਟ ਦਾ ਨੈਰੇਟਿਵ ਨਾ ਦੁਹਰਾ ਰਿਹਾ ਹੁੰਦਾ, ਅਤੇ ਜੋ ਜੂਨ 84 'ਚ ਨਵੰਬਰ 84 'ਚ ਵਾਪਰਿਆ ਉਹਦੀ ਅਕਾਊਂਟੇਬਿਲਟੀ ਵੀ ਹੁੰਦੀ। ਜੇ ਉਹਦੀ ਅਕਾਊਂਟੇਬਿਲਟੀ ਹੁੰਦੀ ਫਿਰ 2002 'ਚ ਗੁਜਰਾਤ ਨਹੀਂ ਸੀ ਵਾਪਰਨਾ, ਔਰ ਜੇ ਗੁਜਰਾਤ ਵਾਲੀ ਗੱਲ ਜਿਹੜੀ ਹੈ ਉਸ ਦੀ ਅਕਾਊਂਟੇਬਿਲਟੀ ਹੁੰਦੀ ਤਾਂ ਫਿਰ ਜੋ ਅੱਜ ਇਹ 4 ਮਰਡਰ ਮੀਡੀਆ ਦੇ ਲੋਕਾਂ ਦੇ ਹੋਏ ਨੇ, ਕਿੰਨੇ ਦੂਸਰਿਆਂ ਦੇ ਨੇ, ਕਿੰਨੇ ਦੇਸ਼ ਧਰੋਹ ਦੇ ਥੱਲੇ, ਕਿੰਨੇ ਜਿਹੜੇ ਨੇ ਉਹ ਆਮ ਦਲਿਤ ਔਰ ਆਦਿਵਾਸੀ ਕਰ ਰਹੇ ਨੇ,
ਸੋ ਇਹ ਸਵਾਲ ਜ਼ਰੂਰ ਹੈ ਕਿ ਜੇ ਤੁਸੀਂ ਉਦੋਂ ਖਲੋਤੇ ਹੁੰਦੇ ਸਟੇਟ ਦੇ ਨੈਰੇਟਿਵ ਨੂੰ ਤੁਸੀਂ ਆਪਣਾ ਨੈਰੇਟਿਵ ਨਾ ਬਣਾਇਆ ਹੁੰਦਾ ਤੇ ਅੱਜ ਵਾਲੀ ਸਥਿਤੀ ਨਹੀਂ ਸੀ ਵਾਪਰਨੀ। ਫਿਰ ਵੀ ਅਸੀਂ ਇਹ ਸਮਝਦੇ ਹਾਂ ਵੀ ਇਹ ਕਰੇਜ ਦੀ ਗੱਲ ਹੈ, ਇਸ ਹਿੰਦੂਤਵੀ ਜ਼ੁਲਮ ਦੇ ਖਿਲਾਫ ਖਲੋਣਾ। ਔਰ ਮੈਂ ਕੈਫੇ ਆਜ਼ਮੀ ਜਿਹੜੇ ਕਿ ਮਸ਼ਹੂਰ ਸ਼ਾਇਰ ਹੋਏ ਨੇ ਉਹਨਾਂ ਦੇ ਜਿਵੇਂ ਅੱਜ ਹਿੰਦੂ ਤਵੀ ਜ਼ੁਲਮ ਦੇ ਨਾਲ ਆਵਾਜ਼ ਨੂੰ ਚੁੱਪ ਕਰਵਾਉਣਾ ਚਾਹੁੰਦੇ ਨੇ, ਮੈਂ ਇਸ ਸੈਗਮੈਂਟ ਨੂੰ ਕੈਫੇ ਆਜ਼ਮੀ ਦੇ ਸ਼ੇਅਰ ਦੇ ਨਾਲ ਕੰਕਲੂਡ ਕਰਦੇ। ਹੋਠੋਂ ਕੋ ਸੀ ਕੇ ਦੇਖੀਏ ਪਛਤਾਈਏਗਾ, ਓਠੋਂ ਕੋ ਸੀ ਕੇ ਦੇਖੀਏ ਪਛਤਾਈਏਗਾ, ਹੰਗਾਮੇ ਜਾਗ ਉੱਠਤੇ ਹੈ ਅਕਸਰ ਘੁਟਨ ਕੇ ਬਾਅਦ। ਬਿਲਕੁਲ, ਜੇ ਤੁਸੀਂ ਘੁੱਟਦੇ ਹੋ ਹੋਠਾਂ ਨੂੰ ਸੀ ਸਕਦੇ ਹੋ, ਪਰ ਸੀ ਹੋਠ ਜਦੋਂ ਸਿੱਧੇ ਨੇ ਘੁੱਟਣ ਹੋਏਗੀ। ਹੋਠੋਂ ਕੋ ਸੀ ਕੇ ਦੇਖੀਏ ਪਛਤਾਈਏਗਾ, ਹੰਗਾਮੇ ਜਾਗ ਉੱਠਤੇ ਹੈ ਅਕਸਰ ਘੁੱਟਣ ਕੇ ਬਾਅਦ। ਅਲਟੀਮੇਟਲੀ ਫਿਰ ਉਹ ਇੱਕ ਜਵਾਲਾਮੁਖੀ ਬਣ ਕੇ ਉੱਭਰਦੇ ਨੇ ਜਦੋਂ ਕਿ ਤੁਸੀਂ ਕਿਸੇ ਚੀਜ਼ ਨੂੰ ਦਬਾਉਂਦੇ ਹੋ। ਹੋਪਫੁਲੀ ਭਾਰਤ ਦੀ ਮੈਜੋਰਿਟੀ ਲੋਕ ਇਸ ਹਕੀਕਤ ਨੂੰ ਸਮਝ ਸਕਣਗੇ, ਅਦਰਵਾਈਜ਼ ਜਿਵੇਂ ਰਵੀਸ਼ ਕੁਮਾਰ ਨੇ ਕਿਹਾ NDTV ਵਾਲੇ ਨੇ ਕਿ ਜਦੋਂ ਲੋਕ ਬੋਲਦੇ ਨਹੀਂ ਮੈਜੋਰਿਟੀ ਸਾਇਲੈਂਟ ਹੋ ਜਾਂਦੀ ਹੈ ਤੇ ਟਾਇਰੈਂਟ ਮਜ਼ਬੂਤ ਹੁੰਦਾ, ਟਾਇਰੈਂਟ ਨੂੰ ਮੌਕਾ ਮਿਲਦਾ ਕਿ ਉਹਨੂੰ ਲੱਗਦਾ ਹੈ ਕਿ ਵੀ ਮੇਰਾ ਇਹ ਜ਼ੁਲਮ ਇਹਦੀ ਐਕਸੈਪਟੇਬਿਲਿਟੀ। ਜੀ ਰਾਜ ਸਾਹਿਬ, ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਂਦੇ ਹਾਂ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸ਼ਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ, ਬੇਨਤੀ ਕਰ ਦਈਏ, ਗੁਜ਼ਾਰਿਸ਼ ਕਰ ਦਈਏ, ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਸਾਡੇ ਇਸ ਪਤੇ ਤੇ 36-0137 Avenue ਲੋਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ 5164060694। ਸ਼ੁਕਰੀਆ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।